ਇੰਡੀਅਨ ਟਾਈਮਸ ਡੀਡੀ.ਕਾਮ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਪੀਐਮ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦੇ ਵਿਵਾਦ ਆਏ ਸਮਾਲ ਬਿਜ਼ਨਸ ਟੈਕਸ ਰਿਫਾਰਮ ਨੂੰ ਬਦਲਣ ਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਵਾਅਦਾ ਕੀਤਾ ਹੈ ਕੈਨੇਡਾ ਦੇ ਛੋਟੇ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਉਹ ਛੋਟੇ ਵਿਵਸਾਇਆਂ ਤੋਂ 10.5% ਦੇ ਵਰਤਮਾਨ ਟੈਕਸ ਰੇਟ ਤੋਂ 2019 ਤੱਕ 9% ਕਰ ਦੇਣਗੇ। ਇਨਵਾਇਰਮੈਂਟ ਕੈਨੇਡਾ ਨੇ ਇਹ ਮੰਨਿਆ ਹੈ ਕਿ ਐਤਵਾਰ ਦੀ ਦੁਪਹਿਰ ਨੂੰ ਲੋਰੈਂਟੀਨਸ ਟਾਊਨ ਦੇ ਮੌਨ ਲੌਰੀ ਵਿੱਚ ਟੋਰਨੈਡੋ ਆਇਆ ਸੀ। ਫੋਟੋਜ਼ ਅਤੇ ਵੀਡੀਓਜ਼ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਹ ਇੱਕ EF0 ਸੀ, ਜੋ ਕਿ ਇੱਕ ਛੋਟੀ ਜਿਹੀ ਜਗ੍ਹਾ ਵਿੱਚ ਸਿਰਫ ਕੁਝ ਦਰਜਨ ਮੀਟਰਸ ਵਿੱਚ ਥੋੜੇ ਟਾਈਮ ਲਈ ਆਇਆ ਸੀ। US ਨੇ ਕੈਨੇਡਾ ਦੀ ਡੇਅਰੀ ਪੋਲਟਰੀ ਐਕਸ ਅਤੇ ਟਰਕੀ ਦੀ ਸਪਲਾਈ ਮੈਨੇਜਮੈਂਟ ਸਿਸਟਮ ਨੂੰ 1 ਦਸ਼ਕ ਦੇ ਅੰਦਰ ਪੂਰੀ ਤਰ੍ਹਾਂ ਤੋਂ ਬੰਦ ਕਰਨ ਦਾ ਅਨੁਰੋਧ ਕੀਤਾ ਹੈ। ਅਨੁਰੋਧ ਸ਼ੁਰੂਆਤੀ ਫੇਜ਼ ਇਨ ਪੀਰੀਅਡ ਦੇ ਨਾਲ ਆਇਆ, ਜਿਸ ਵਿੱਚ ਹਰ ਸਾਲ 5% ਦੀ ਮਾਰਕੀਟ ਐਕਸੈਸ ਵਿੱਚ ਬੜੋਤਰੀ ਹੁੰਦੀ ਰਹੇਗੀ, ਜਿਸ ਤੋਂ ਪੂਰਾ ਏਰੀਆ ਡਿਊਟੀ ਫ੍ਰੀ ਏਰੀਆ ਬਣ ਜਾਵੇਗਾ। ਸਦਰਨ ਓਨਟੇਰੀਓ ਦੀ ਪੁਲਿਸ ਨੇ ਦੇਸ਼ ਵਿੱਚ ਡਰੱਗ ਦਾ ਸਭ ਤੋਂ ਵੱਡਾ ਜ਼ਖੀਰਾ ਜ਼ਬਤ ਕੀਤਾ ਹੈ, ਜਿਸ ਵਿੱਚ 42 ਕਿਲੋਗ੍ਰਾਮ ਘਾਤਕ ਓਪੀਓਇਡ ਫੜਿਆ ਗਿਆ ਹੈ। ਕਾਰਫੈਂਟੇਲ ਫੈਂਟਨਿਲ ਦੇ ਵਾਂਗ ਹੀ ਇੱਕ ਸਿੰਥੈਟਿਕ ਓਪੀਓਇਡ ਹੈ, ਪਰ ਉਸ ਤੋਂ 100 ਗੁਣਾ ਜ਼ਿਆਦਾ ਖਤਰਨਾਕ ਹੈ। ਨਮਕ ਦੇ ਦਾਣੇ ਤੋਂ ਵੀ ਛੋਟਾ ਹਿੱਸਾ ਕਿਸੇ ਦੀ ਵੀ ਜਾਨ ਲੈਣ ਲਈ ਬਹੁਤ ਹੈ। ਅਲਬਰਟਾ ਵਿੱਚ ਮਿਊਂਸੀਪਲ ਇਲੈਕਸ਼ਨਸ ਹੋ ਰਹੇ ਹਨ ਅਤੇ ਕੈਲਗਰੀ ਦੇ ਮੇਅਰ ਦੇ ਚੇਅਰ ਦੇ ਲਈ ਸਭ ਤੋਂ ਜ਼ਿਆਦਾ ਤਣਾਅ ਹੈ। ਅਸੰਖਿਆ ਪੋਲਸ ਤੋਂ ਪਤਾ ਚੱਲਦਾ ਹੈ ਕਿ ਮੇਅਰ ਨਾਹਿਦ ਲੈਂਚੀ ਅਤੇ ਕੈਲਗਰੀ ਦੇ ਲੋਇਰ ਵਿਲ ਸਮਿਥ ਦੇ ਵਿੱਚ ਕਾਫੀ ਕਰੀਬ ਦਾ ਮੁਕਾਬਲਾ ਹੈ। ਲਾਅ ਅਮੈਂਡਮੈਂਟ ਕਮੇਟੀ ਨੇ ਕਿਹਾ ਹੈ ਕਿ ਨੋਵਾ ਸਕੋਸ਼ੀਆ ਦਾ ਪ੍ਰਸਤਾਵਿਤ ਕੈਪ ਐਂਡ ਟ੍ਰੇਡ ਰੀਜਨ ਵਿੱਚ ਐਮਿਸ਼ਨ ਕੈਪਸ ਕੱਟ ਹੁੰਦੇ ਰਹਿੰਦੇ ਚਾਹੀਦੇ ਹਨ ਤਾਂ ਕਿ ਉਹ ਅਸਰਦਾਰ ਹੋਣ। ਇਸਦਾ ਲਕਸ਼ ਹੋਵੇਗਾ ਕਿ 2022 ਤੱਕ ਹਰ ਸਾਲ ਇੱਕ ਗ੍ਰੀਨ ਹਾਊਸ ਗੈਸ ਕੈਪ ਕੱਟ ਹੁੰਦਾ ਰਹੇ ਤਾਂ ਕਿ ਪ੍ਰਸਤਾਵਿਤ ਐਮਿਸ਼ਨ ਲੈਵਲ ਦਾ ਲਕਸ਼ ਪੂਰਾ ਹੋ ਸਕੇ। ਜਨਰਲ ਮੋਟਰ ਦੇ ਕੈਮੀ ਪਲਾਂਟ ਦੇ ਕਰਮਚਾਰੀਆਂ ਨੇ ਨਵਾਂ ਕੰਟਰੈਕਟ ਸਾਈਨ ਕਰਨ ਦੇ ਬਾਅਦ ਆਪਣੀ 4 ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਵਾਪਸ ਲੈ ਲਿੱਤੀ ਹੈ। ਕਰੀਬ 86% ਪ੍ਰੋਡਕਸ਼ਨ ਵਰਕਰਸ ਨੂੰ ਇਸ ਕੰਟਰੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਉੱਚੇ ਮੁਆਵਜ਼ੇ, ਫਿਊਚਰ ਲੇਅਆਫ ਦੇ ਲਈ GM ਦੇ ਖਿਲਾਫ਼ ਵਿੱਤੀ ਜੁਰਮਾਨਾ ਅਤੇ ਪ੍ਰੋਡਕਸ਼ਨ ਸ਼ਿਫਟ ਦਾ ਪਾਲਣ ਕਰਨ ਵਰਗੀਆਂ ਚੀਜ਼ਾਂ ਹਨ। ਲੋਬਲੋਂ ਕੰਪਨੀਜ਼ ਲਿਮਿਟਿਡ ਹਰ ਸਤਰ ਦੇ ਸਟੋਰ ਸਪੋਰਟ ਆਫਿਸਿਸ ਤੋਂ 500 ਆਫਿਸ ਕਰਮਚਾਰੀਆਂ ਨੂੰ ਕੱਢ ਰਹੇ ਹਨ, ਜਿਸ ਵਿੱਚ ਕਈ ਐਗਜ਼ੀਕਿਊਟਿਵਸ ਵੀ ਸ਼ਾਮਿਲ ਹਨ। ਮਿਨੀਮਮ ਵੇਜ ਇਨਕਰੀਜ਼ ਤੋਂ ਲੋਬਲੋਂ ਉੱਤੇ ਪ੍ਰੀ ਟੈਕਸ ਬੇਸਿਸ ਵਿੱਚ $150 million ਦਾ ਅਸਰ ਪਵੇਗਾ ਅਤੇ ਇਹਨਾਂ ਲੇਅਆਫ ਤੋਂ ਕੰਪਨੀ ਹਰ ਸਾਲ $75 million ਬਚਾ ਸਕਦੀ ਹੈ। ਓਨਟੇਰੀਓ ਪ੍ਰੋਵਿੰਸ ਦੇ ਕਾਲਜਿਸ ਦੀ ਫੈਕਲਟੀ ਦੇ ਹੜਤਾਲ ਉੱਤੇ ਚਲੇ ਜਾਣ ਤੋਂ ਕਰੀਬ 5 ਲੱਖ ਸਟੂਡੈਂਟਸ ਦੇ ਕਲਾਸਿਸ ਨੂੰ ਰੱਦ ਕੀਤਾ ਗਿਆ। ਯੂਨੀਅਨ ਨੇ ਇੱਕ ਪ੍ਰਸਤਾਵ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫੁੱਲ ਟਾਈਮ ਫੈਕਲਟੀ ਦੀ ਗਿਣਤੀ ਅਤੇ ਕੰਟਰੈਕਟਸ ਦੇ ਫੈਕਲਟੀ ਮੈਂਬਰਸ ਦੀ ਗਿਣਤੀ ਇੱਕ ਸਮਾਨ ਹੋਣੀ ਚਾਹੀਦੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਆਪਣੀ ਯੋਜਨਾ ਦਾ ਹੋਰ ਪ੍ਰਚਾਰ ਕਰੇਗੀ ਤਾਂ ਕਿ ਪ੍ਰੋਵਿੰਸ ਵਿੱਚ ਰਾਈਡ ਹੇਲਿੰਗ ਸਰਵਿਸਿਜ਼ ਸ਼ੁਰੂ ਕੀਤੀ ਜਾ ਸਕੇ। NDP ਸਰਕਾਰ ਪਹਿਲਾਂ ਹੀ ਇਸ ਆਈਡੀਆ ਦਾ ਸਮਰਥਨ ਕਰ ਚੁੱਕੀ ਹੈ, ਪਰ ਉਹਨਾਂ ਨੇ ਇਸ ਦੇ ਲਈ ਕੋਈ ਯੋਜਨਾ ਨਹੀਂ ਬਣਾਈ ਹੈ, ਕਿਉਂਕਿ ਉਹ ਪਬਲਿਕ ਡਿਮਾਂਡ ਅਤੇ ਪਹਿਲਾਂ ਤੋਂ ਮੌਜੂਦ ਟੈਕਸ ਸਰਵਿਸਿਜ਼ ਦੀ ਸੁਰੱਖਿਆ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੀ ਹੈ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਦਿੱਲੀ ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਕੈਨੇਡੀਅਨ ਬਿਜ਼ਨੈਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ।